ਆਪਸ ਚ ਨੀ ਮਿਲਣ ਦੇ ਨਹੀਂ ਨਹੀਂ ਇੱਥੇ ਤਾਂ ਮੈਂ ਬਹਿਣਾ ਤੁਸੀਂ ਇੱਧਰ ਆਓ ਉਦਾਂ ਹੀ ਅੱਛਾ ਚਲੋ ਇੱਧਰ ਆ ਇੱਥੇ ਬਾਬਾ ਜੀ ਤੁਸੀਂ ਬੈਠੋ ਉਹ ਮੈਂ ਜੜਾ ਜੀ ਬਹਿਣਾ ਤੁਹਾਡੀ ਬਾਬਾ ਮੈਂ ਮਾਡਲਿੰਗ ਕਰਨ ਨੂੰ ਥੋੜੀ ਕਿਹਾ ਲੰਬੜਾਂ ਦਾ ਲਾਣਾ ਅੱਛਾ ਅੱਛਾ ਮਤਲਬ ਮੋਹ ਮਾਇਆ ਨਾਲ ਕੋਈ ਐਡਾ ਹੋਇਆ ਨਹੀਂ ਮਾਇਆ ਨਾਲ ਕੋਈ ਪਿਆਰ ਨੀ ਰੁਪਿਆ 5000 ਹੀ ਦੇ ਦੇ ਦਿਲ ਦੇਖ ਲਿਆ ਮੈਂ ਸੱਚੀ ਗੱਲ ਤੇ ਇੰਨਾ ਕੁ ਦਿਲ ਦੇਖ ਲਿਆ ਕਿ ਬਾਬਾ ਨਕਲੀ ਫੜਾ ਗਿਆ ਖਰੇ ਮੈਨੂੰ ਅੱਛਾ ਉੱਤਰ ਪਹਾੜੋ ਦਿਨਾ ਫਿਰ ਸਾਨੂੰ ਕਿਰਾਇਆ ਦਿਨਾ ਪਹਾੜਾਂ ਦੇ ਜਾਣ ਦਾ ਲਿਆ ਕਰ ਦੀਏ ਭਾ ਖੋਲ ਦੀਏ ਫਿਰ ਖੋਲ ਦੇਣਾ ਫਿਰ ਤੂੰ ਗੁੱਸਾ ਕਰ ਜਾਣਾ ਅਸੀਂ ਨਾ ਅਸੀਂ ਜਿਹੜੀ ਫਿਲਮ ਕੀਤੀ ਉਹਦੇ ਚ ਤੁਹਾਡੇ ਵਰਗੇ ਕਰੈਕਟਰ ਹੀ ਕੀਤੇ ਨੇ ਹਾਂ ਮਤਲਬ ਅੱਛੇ ਜਿਸ ਤਰ੍ਹਾਂ ਲੋਕਾਂ ਦਾ ਤੁਸੀਂ ਭਲਾ ਕਰਦੇ ਹੋ ਤੇ ਹੁਣ ਦਾਕਾ ਹੀ ਹੈ ਜਿਹੜਾ ਤੁਸੀਂ ਭਲੋ ਆਪਣੇ ਵੱਲੋਂ ਭਲਾ ਕਰਦੇ ਹੋ ਤੇ ਹੁੰਦਾ ਘੱਟ ਹੀ ਹੈ ਬਾਬਾ ਮੈਨੂੰ ਵੀ ਚੀਜ਼ਾਂ ਕਲੀਅਰ ਕਰੋ ਕਿ ਗਿੱਦੜ ਸਿੰਘ ਕੀ ਚੀਜ਼ ਗਿੱਦੜ ਸਿੰਘ ਕੀ ਮਨਮੋਣੀ ਅੱਠਾ ਜੋੜੀ ਇੱਧਰ ਆਓ ਅੱਠੇ ਵਜੇ ਪੈਣੇ ਨਹੀਂ ਨਹੀਂ ਇੱਥੇ ਤਾਂ ਮੈਂ ਬਹਿਣਾ ਤੁਸੀਂ ਇੱਧਰ ਆਓ ਉਦਾਂ ਹੀ ਅੱਛਾ ਚਲੋ ਇੱਧਰ ਆਜੋ ਇੱਧਰ ਬਾਬਾ ਜੀ ਤੁਸੀਂ ਬੈਠੋ ਉਹ ਮੈਂ ਜੜਾ ਜੀ ਬਹਿਣਾ ਤੁਹਾਡੀ ਆਜੋ ਆਜੋ ਕਿੱਦਾਂ ਬਾਬਾ ਗਿੱਦੜ ਸਿੰਘ ਜੀ ਬਾਰੇ ਦੱਸੋ ਸਾਨੂੰ ਕੀ ਆ ਗਿੱਦੜ ਸਿੰਘ ਜੀ ਕਿਸੇ ਪਰਿਵਾਰ ਦੇ ਵਿੱਚ ਕਿਸੇ ਲਾਣੇ ਦੇ ਵਿੱਚ ਵੱਡੇ ਪਰਿਵਾਰ ਦੇ ਵਿੱਚ ਜਿੱਥੇ 30-35 ਜਣੇ ਲੋਕ ਰਹਿੰਦੇ ਆ ਉੱਥੇ ਕੋਈ ਚੀਜ਼ ਹੈ ਜਾਂ ਕੋਈ ਭੂਤ ਹੈ ਜਾਂ ਕਿਸੇ ਦੇ ਵਿੱਚ ਕੋਈ ਆਤਮਾ ਆ ਜਾਂਦੀ ਹੈ ਉੱਥੇ ਫਿਰ ਉਸ ਆਤਮਾ ਨੂੰ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕਿਵੇਂ ਭਜਾਉਣਾ ਉਹਦੇ ਲਈ ਤੁਹਾਡੇ ਕੋਲ ਕੀ ਹੱਲ ਹੈ ਆਪਸ ਚ ਨੀ ਮਿਲਣ ਦੇ ਅੱਛਾ ਜੀ ਫਿਰ ਕੀ ਹੋਇਆ ਦੱਸੋ ਅੱਗੇ ਇੱਕ ਲਾਣੇ ਦੀ ਆਪਾਂ ਭੂਤ ਕੱਢਣੀ ਆ ਲੰਬੜਾ ਦਾ ਲਾਣੇ ਹਾਂ ਸਾਡੀ ਲਾਣੇ ਚ ਆ ਗਈ ਭੂਤ ਦੋ ਦਿਨਾਂ ਚ ਉਹ ਅਸੀਂ ਤਾਂ 8-10 ਦਿਨ ਰਹੇ ਉੱਥੇ ਅੱਛਾ ਉਹ ਜਿਹੜਾ ਭੂਤ ਹੈ ਨਾ ਉਹ ਫੜ ਕੇ ਬੋਤਲ ਚ ਵੀ ਪਾਉਣਾ ਬੋਤਲ ਚ ਉਹ ਦੱਸੋ ਕੀ ਸੇਵਾ ਪਾਣੀ ਕੀ ਲੱਗੇਗਾ ਬਾਬਾ ਸੇਵਾ ਪਾਣੀ ਦੱਸ 3100 ਅੱਛਾ ਅੱਛਾ ਨਹੀਂ ਸੇਵਾ ਬੜੀ ਤੇ ਪਾਣੀ ਮੈਂ ਤੈਨੂੰ ਖੁੱਲਾ ਦੇਵਾਂਗਾ ਕੋਈ ਚੱਕਰ ਨਹੀਂ ਪਾਣੀ ਪਾਣੀ ਕਰਕੇ ਨਾ ਭੇਜਿਆ ਚਲੋ ਬਾਬਾ ਜੀ ਆਸ਼ੀਰਵਾਦ ਦਿਓ ਇੱਕ ਦੂਜੇ ਨੂੰ ਕਿ ਕੰਮ ਠੀਕ ਚੱਲੀ ਜਾਵੇ ਮੇਰਾ ਤਾਂ ਠੀਕ ਹੀ ਚੱਲਣ ਦਿਆ ਤੁਸੀਂ ਆਪਸ ਚ ਦਿਓ ਇੱਕ ਦੂਜੇ ਨਹੀਂ ਨਹੀਂ ਉਸ ਮਾਲਕ ਦਾ ਆਸ਼ੀਰਵਾਦ ਹੈ ਤੁਹਾਡੇ ਤੇ ਵੀ ਸਾਡੇ ਤੇ ਵੀ ਅੱਛਾ ਬਾਬਾ ਜੀ ਫਿਲਮਾਂ ਵੀ ਦੇਖਦੇ ਹੋ ਅੱਛਾ 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 ਮਤਲਬ ਮੋਹ ਮਾਇਆ ਨਾਲ ਕੋਈ ਐਡਾ ਹੋਇਆ ਨਹੀਂ ਮਾਇਆ ਨਾਲ ਕੋਈ ਪਿਆਰ ਨੀ ਰੁਪਿਆ 5000 ਹੀ ਦੇ ਦੇ ਮੈਂ ਕਰੈਕਟਰ ਕੀਤਾ ਆ ਅਸੀਂ ਤਾਂ ਪੈਸੇ ਖੋਏ ਆ ਮਤਲਬ ਅਸੀਂ ਠੱਗਿਆ ਆ
ਫਿਲਮ ਦੇ ਵਿੱਚ, ਪਰ ਆ ਮੈਨੂੰ ਬਾਬੇ ਸਹੀ ਲੱਗਦੇ ਆ। ਤੇ ਚਲੋ, ਹਰ ਇੱਕ ਨੇ ਆਪਣੀ ਰੋਜ਼ੀ ਰੋਟੀ ਦਾ ਇੱਕ ਹੀਲਾ ਚਲਾਣਾ ਹੁੰਦਾ, ਤੇ ਬਾਬਾ ਜੀ ਦਾ ਆ ਦਿਲ, ਇੱਥੋਂ ਹੀ ਬਾਬੇ ਦਾ ਦਿਲ ਦੇਖ ਲਿਆ ਮੈਂ, ਸੱਚੀ ਗੱਲ। ਤੇ ਇੰਨਾ ਕੁ ਦਿਲ ਦੇਖ ਲਿਆ ਕਿ ਬਾਬੀ ਬਾਬਾ ਨਕਲੀ ਫੜਾ ਗਿਆ ਖਰੇ ਮੈਨੂੰ। ਅੱਛਾ ਅਸਲੀ ਨਹੀਂ ਬਾਬਾ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸਾਡੀ ਸਾਡੀ ਫਿਲਮ ਲਈ। ਬਸ ਤੁਸੀਂ ਇਹ ਬਿਆਨ ਕਰ ਦੋ ਕਿ ਸਾਡੀ ਫਿਲਮ ਜਿਹੜੀ ਆਉਣ ਵਾਲੀ ਹੈ 26 ਤਰੀਕ ਨੂੰ ਚੱਲ ਪੈਗੀ, ਉਹ ਸੁਪਰ ਡੁਪਰ ਹਿੱਟ ਹੋ ਜਾਊਗੀ, ਸੁਪਰ ਹੋ ਜਾਏਗੀ, ਬੱਲੇ ਬੱਲੇ ਦੇ ਕੰਮ ਚੱਲੇ। ਬਾਬਾ ਗੱਲ ਸੁਣੋ, ਫਿਲਮ ਵੇਖਣ ਜਾਣਾ ਆਪਣੇ 26 ਤਰੀਕ ਨੂੰ, ਵਾਅਦਾ ਕਰਕੇ ਆ ਫਿਲਮ ਦੇਖਣ ਜਾਵੇਂ। ਅਰੇ ਜਿਹੜੇ ਅਸੀਂ, ਜਿਹੜਾ ਮੈਂ ਰੋਲ ਕੀਤਾ ਨਾ ਵਿੱਚ, ਹੈ ਬਾਬਾ, ਜਿਹੜਾ ਮੈਂ ਰੋਲ ਕੀਤਾ ਵਿੱਚ ਉਹ ਆਹੀ ਵਾਲਾ ਕੀਤਾ ਆ। ਅਸੀਂ ਵੀ ਕਿਸੇ ਦੇ ਘਰ ਜਾਂਦੇ ਆ ਉਹ ਭੂਤ ਕੱਢਣ ਵਾਸਤੇ ਬਾਬੇ ਬਣ ਕੇ, ਤੇ ਮੈਂ ਵੀ ਬਾਬਿਆਂ ਦਾ ਕਰੈਕਟਰ ਕੀਤਾ, ਤੁਹਾਨੂੰ ਤਾਂ ਬੁਲਾਇਆ, ਤੁਹਾਨੂੰ ਤਾਂ ਬੁਲਾਇਆ। ਹਾਂ, ਤੇ ਤੁਸੀਂ ਸਾਰਿਆਂ ਨੇ ਇੱਕ ਵਾਰੀ ਕਹਿ ਦੋ ਕਿ 26 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਲੰਬੜਾਂ ਦਾ ਲਾਣਾ, ਨਾਲਾ, ਉਹ ਲੰਬੜਾਂ ਦਾ ਨਾੜਾ ਤਾਂ ਬਹੁਤ ਲੰਬਾ ਵਾ, ਤੁਸੀਂ ਐ ਨਾ ਕਰੋ, ਲੰਬੜਾਂ ਦਾ ਲਾਣਾ, ਲਾਣਾ ਮਹਾਰਾਜ, ਲਾਣਾ, ਲਾਣਾ ਬਾਬਾ, ਲਾਣਾ, ਆਹੋ ਜਿਹੜਾ ਲਾਣਾ ਤੇ ਬਾਅਦ ਚ ਬੋਲ ਕੇ ਕਹੇ ਬਾਬਾ, ਜਿਹੜਾ ਲਾਣਾ ਤੇ ਬਾਅਦ ਚ ਪਾਣਾ, ਬਾਅਦ ਚ ਪਾਣਾ, ਆਹੋ ਕਿ ਉਹ ਲਾਣਾ ਵੀ ਤੇ ਆ ਤੇ ਉਹਨੂੰ ਬਾਅਦ ਚ ਪਾਉਣਾ ਵੀ ਤੇ ਆ ਟੈਚੀ ਚ, ਬਾਅਦ ਚ ਪਾਉਣਾ ਯਾਰ। ਹਾਂ ਚਲੋ, ਲੰਬੜਾਂ ਦਾ ਲਾਣਾ ਪਹਿਲਾਂ ਤੋਂ ਸ਼ੁਰੂ ਕਰੋ। ਨਹੀਂ ਬਾਬਾ, ਮੈਂ ਮਾਡਲਿੰਗ ਕਰਨ ਨੂੰ ਥੋੜੀ ਕਿਹਾ, ਲੰਬੜਾਂ ਦਾ ਲਾਣਾ, ਲੰਬੜਾਂ ਦਾ ਲਾਣਾ 26 ਤਰੀਕ ਨੂੰ ਆ ਰਹੀ ਹੈ, 26 ਜਨਵਰੀ ਨੂੰ, ਤੇ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਦੇਖਣਾ, ਠੀਕ ਹੈ? ਨਹੀਂ ਲੋਕਾਂ ਨੂੰ ਕਹਿ, ਤੁਸੀਂ ਤੇ ਆ ਹੀ ਜਾਣਾ, ਤੁਹਾਨੂੰ ਤੇ ਮੈਂ ਅੱਜ ਹੀ ਨਾ ਜਾਣ ਦਵਾਂ। ਚਲੋ, ਮੇਰੀ ਗੁਸਤਾਖੀ, ਜੇ ਮੈਂ ਕੋਈ, ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਜਦੇ ਮਰਜ਼ੀ ਮਾਫ਼ੀ ਮੰਗ ਲਓ, ਕੋਈ ਦਿੱਕਤ ਨਹੀਂ, ਨਹੀਂ ਤੁਸੀਂ ਮੰਗਣੀ ਹੈ। ਅੱਛਾ, ਲੈ ਹੋਰ ਨੀ ਕੋਈ, ਬਾਬੇ ਖੁਸ਼ ਆ ਬਈ। ਮੈਂ ਕਿਹਾ ਬਾਬਾ ਖੁਸ਼ੀ ਕਿੱਧਰ ਸਿੰਘ ਹੀ ਦੇਆਂਗੇ ਤੈਨੂੰ, ਕਦੇ ਦੇ ਦੀ, ਲਿਆ ਫਿਰ ਬਾਬੇ, ਕਿੱਧਰ ਸਿੰਘ ਹੀ ਕਦੇ ਦੇਆਂਗੇ ਤੈਨੂੰ, ਕਦੇ ਦੇ ਲਿਆ ਬਾਬੇ, ਦਿੰਨਾ ਫਿਰ ਸੂਟ ਸਾਨੂੰ ਪਹਾੜਾਂ ਤੇ ਜਾਣ ਲਈ, ਦਿੰਨਾ ਫਿਰ ਕੁਝ, ਦਿੰਨਾ ਲਿਆ ਫਿਰ ਕਰ ਦਈਏ ਤੈਨੂੰ, ਦੱਸ ਦਈਏ, ਬਚਨ ਦੇ ਦੀ, ਮੈਂ ਤੈਨੂੰ ਦੱਸਾਂ, ਤੇਰੇ ਯਾਰ ਦੋਸਤ ਤੇਰੇ ਨਾਲ ਲੱਗਦੇ ਆ, ਆ ਜਦੋਂ ਤੂੰ ਫੋਟੋ ਖਿਚਾਉਣਾ ਹੈ ਉਹ ਤੇਰੇ ਨਾਲ ਲੱਗਦੇ ਨਹੀਂ ਹੈ, ਤੇ ਬਸ ਤੇਰੇ ਨਾਲ ਲੱਗਦੇ ਆ। ਦਿਲ ਦਾ ਭੇਤ ਨਾ ਕਿਸੇ ਨੂੰ ਦਿਆ ਕਰ, ਆ ਪੈਸੇ ਜਿੰਨੇ ਮਰਜ਼ੀ ਦਿਆ ਕਰ, ਕੋਈ ਚੱਕਰ ਨਹੀਂ, ਤੇ ਮਨ ਪੈਸਾ ਨਹੀਂ ਟਿਕਦਾ ਤੇਰੇ ਕੋਲੋਂ, ਆ ਨੋਟ ਟਿਕ ਜਾਂਦਾ ਕਿਉਂਕਿ ਲੰਬਾ ਹੁੰਦਾ, ਪੈਸਾ ਨਹੀਂ ਟਿਕਦਾ, ਨੋਟ ਲੰਬੇ ਹੁੰਦੇ ਆ। ਇੱਕ ਬਚਨ ਕਰਨ ਲੱਗਾ, ਕਿਸੇ ਨੂੰ ਦੱਸੀ ਨਾ, ਆਉਂਦੀ ਅਮਾਵਸ ਦੀ ਰਾਤ ਨੂੰ ਲੰਬੜਾਂ ਦੇ ਲਾਣੇ ਚੋਂ ਅਸੀਂ ਭੂਤ ਫੜਨ ਜਾਣਾ, ਤੇ ਤਰੀਕ ਆ ਉਸ ਦਿਨ 26, ਤੇ ਯਾਦ ਕਰ ਲਈ, ਜਾਣਾ ਹੀ ਉਹ ਸਿਨੇਮਾ ਘਰ ਦੇ ਵਿੱਚ 26 ਤਰੀਕ ਨੂੰ ਲੰਬੜਾਂ ਦੇ ਲਾਣੇ ਚੋਂ ਭੂਤ ਕੱਢਣ, ਠੀਕ ਆ ਬਾਬਾ? ਜੈ ਜੈ ਬਾਬਿਆਂ ਦੀ ਫਿਰ, ਚਲੋ ਜੈ, ਥੈਂਕ ਯੂ ਬਾਬਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਬਾਬਾ ਜੀ, ਬਹੁਤ ਬਹੁਤ। ਸ਼ੂਟਰ ਦੇਖੀ ਆ, ਬਾਬਾ ਫੈਨ ਆ, ਸ਼ੂਟਰ ਦਾ ਫੈਨ ਆ, ਕੀ ਬਾਤ ਹੈ, ਜਦੋਂ ਪੱਟ ਤੇ ਗੋਲੀ ਵੱਜਦੀ ਕਹਿੰਦਾ ਮੇਰੇ ਬੁਲਟ ਲੱਗਾ, ਉਹ ਗਾਣਾ ਹੁੰਦਾ ਨੀ ਲੰਬੇ ਪੈ ਗਏ, ਮੈਨੂੰ ਆਉਂਦਾ ਨੀ ਗਾਣਾ, ਫਿਰ ਵੀ ਤੁਸੀਂ ਕਹਿੰਦੇ ਹੋ ਤਾਂ ਦੋ ਲੈਣਾ ਮੈਂ ਸੁਣਾ ਦਿੰਦਾ। ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਚਰਖੇ ਦੀ ਕੂਕ ਸੁਣ ਕੇ ਨੀ ਜਿੰਦੇ ਮੇਰੀਏ, ਚਰਖੇ ਦੀ ਕੂਕ ਸੁਣ ਕੇ ਨੀ ਜਿੰਦੇ ਮੇਰੀਏ, ਠੀਕ ਆ ਬਾਬਾ ਜੀ, ਬਾਬਾ ਠੀਕ ਆ, ਚੜ੍ਹਦੀ ਕਲਾ, ਚਲੋ ਬਾਬਾ, 26 ਤਰੀਕ ਨੂੰ ਲੰਬੜਾ ਲਾਣਾ, ਠੀਕ ਹੈ, ਠੀਕ ਹੈ, ਚੰਗਾ ਜੀ।
ਲਓ ਜੀ ਜੱਸੀ, ਮੈਨੂੰ ਲੱਗਦਾ ਤੁਹਾਡੀ ਇੰਟਰਵਿਊ ਦਾ ਕੰਪਲੀਟ ਹੋ ਗਿਆ। ਸਹੀ ਗੱਲ ਹੈ ਵੀਰੇ। ਔਰ ਮੈਨੂੰ ਲੱਗਦਾ ਜਿੱਚ ਮੈਂ ਨਹੀਂ ਬਾਬੇ ਕਰਕੇ ਸਾਰਾ ਕੰਮ, ਸਾਡੇ ਕਰੈਕਟਰ ਆਪਣੇ ਆਪ ਹੀ ਆ ਗਏ। ਅੱਛਾ ਇਹ ਹੁੰਦੀ ਰਹਿਮਤ ਆਪਾਂ ਨੂੰ ਏਦਾਂ ਸੀਗਾ ਵੀ ਯਾਰ ਵੀ ਫਿਲਮਾਂ ਕਿੱਥੇ ਦੇਖਦੇ ਹੋਣਾ, ਬਾਬਾ ਘਰ ਸ਼ੂਟਰ ਫਿਲਮ ਦੇਖੀ ਫੈਨ ਨਿਕਲੇ। ਮੈਂ ਤੁਹਾਡੀ ਸ਼ੂਟਰ ਦੇਖੀ ਰਹਿ ਹੱਦ ਹੋ ਗਈ ਬਾਬਾ, ਫਿਰ ਬਾਬਾ ਹੀ ਚੜਾਈਆ ਫੈਨ ਬੋਲਿੰਗ ਥੋੜੀ ਹੋਈ ਹੈ। ਠੀਕ ਹੈ ਮੈਂ ਤਾਂ ਹੀ ਭਾਈ ਨੂੰ ਕਹਿੰਦਾ ਸੀ ਸਪੌਂਸਰ ਸਪੌਂਸਰ ਕਿਆ ਕਰੋ ਇਹ ਮਹੱਤਵ ਦਾ। ਮੈਂ ਨਾ ਪਿੱਛੇ ਜੀ ਨਾਰਵੇ ਗਿਆ ਸ਼ੂਟਿੰਗ ਕਰਨ ਵਾਸਤੇ, ਤੇ ਨਾਰਵੇ ਦੇ ਵਿੱਚ ਨਾ ਇੱਕ ਏਰੀਆ ਜਿੱਥੇ ਬਹੁਤ ਘੱਟ ਪੰਜਾਬੀ ਨੇ, ਹਨਾ ਅਰਾਊਂਡ ਲਾ ਲਓ ਬਰਗਿਨ ਦੇ ਵਿੱਚ, ਮੈਂ ਜਦੇ ਜਿੱਥੇ ਮੈਨੂੰ ਮੈਂ ਜਿਹੜੇ ਏਰੀਏ ਚ ਗਿਆ ਵਾ 50 ਕ ਹਨਾ, ਤੇ ਸਾਡੇ ਉੱਥੇ ਇੱਕ ਭਾਜੀ ਨੇ ਸੱਭੀ ਭਾਜੀ, ਸੱਭੀ ਭਾਜੀ ਨੇ ਸਾਨੂੰ ਬਹੁਤ ਉੱਥੇ ਘੁਮਾਇਆ ਨਾਰਵੇ ਦੇ ਵਿੱਚ। ਤੇ ਜਦੋਂ ਮੈਂ ਉਸ ਏਰੀਏ ਦੇ ਵਿੱਚ ਗਿਆ, ਉਹ ਸਾਨੂੰ ਗੁਰੂ ਘਰ ਲੈ ਕੇ ਗਏ, ਉਹਨੂੰ ਗੁਰੂ ਘਰ ਗਿਆ, ਜਿਹੜੇ ਉੱਥੇ ਵੀ ਮੈਨੂੰ ਲੋਕ ਮਿਲੇ ਨਾ, ਜਦੋਂ ਉਹਨਾਂ ਨੇ ਵੀ ਕਿਹਾ ਨਾ ਕਿ ਭਾਈ ਤੁਹਾਡੀ ਫਿਲਮਾਂ ਦੇਖੀਆਂ, ਯਾਰ ਮੈਂ ਬੜਾ ਖੁਸ਼ ਹੋਇਆ। ਅੱਛਾ ਯਾਰ ਕੀ ਬਾਤ ਹੈ ਯਾਰ, ਮਤਲਬ ਇੱਥੇ ਵੀ ਲੋਕ ਮੈਨੂੰ, ਮਤਲਬ ਜਿਹੜੇ ਕਾਫੀ ਸਮਿਆਂ ਤੋਂ ਉੱਥੇ ਗਏ ਹੋਏ ਆ, ਉਹ ਹਜੇ ਵੀ ਪੰਜਾਬੀ ਸਿਨੇਮਾ ਨੂੰ, ਪੰਜਾਬੀ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਉਹ ਯੂ ਨੋ ਹਜੇ ਵੀ ਸਾਡੀਆਂ ਫਿਲਮਾਂ ਦੇਖਦੇ ਨੇ ਔਰ ਜੁੜੇ ਹੋਏ ਨੇ, ਸਾਡੇ ਹੋਏ ਨੇ ਆਪਣੇ ਸਿਨੇਮੇ ਦੇ ਨਾਲ, ਆਪਣੇ ਕਲਚਰ ਦੇ ਨਾਲ ਜੁੜੇ ਹੋਏ ਨੇ। ਤੇ ਉਹਨਾਂ ਨੇ ਕਿਹਾ ਸੀ ਤੁਹਾਡੀਆਂ ਆਹ ਫਿਲਮਾਂ ਦੇਖੀਆਂ, ਮੈਨੂੰ ਫਿਲਮਾਂ ਗਣਾਈਆਂ ਨਾਲ ਹੋਗੇ। ਔਰ ਤਕਰੀਬਨ ਬਹੁਤ ਸਾਰੇ ਲੋਕ ਜਿੰਨੇ ਵੀ 50 ਸੀਗੇ, ਉਹਨਾਂ ਚੋਂ 35 ਜਣਿਆਂ ਨੇ ਤਾਂ ਦੇਖੀਆਂ ਸੀਗੀਆਂ, ਤੇ ਆਵ ਸੋ ਹੈਪੀ, ਬੜਾ ਮਜ਼ਾ ਆਇਆ ਮੈਨੂੰ। ਅੱਛਾ ਜਿੱਦਾਂ ਹੁਣ ਤੁਸੀਂ ਬਾਬਿਆਂ ਨਾਲ ਗੱਲ ਕਰਦੇ ਸੀਗੇ ਨਾ, ਇਹ ਗੱਲਾਂ ਤੇ ਬਾਈ ਕੋਈ ਵੀ ਯਕੀਨ ਕਰ ਲੂਗਾ? ਪਹਿਲੀ ਗੱਲ ਤਾਂ ਹੁੰਦੀ ਹੈ ਵੀ ਯਾਰ ਤੂੰ ਸਾਰਿਆਂ ਦਾ ਕਰਦਾ, ਤੇਰਾ ਕੋਈ ਨਹੀਂ ਕਰਦਾ। ਇਹ ਮੈਂ ਅਜੇ ਬਿਠਾ ਲੈਣੇ ਸੀ, ਪਰ ਮੈਂ ਫੇਰ ਜੀ ਕੰਨ ਫੜ ਕੇ ਸੌਰੀ ਮੰਗਦਾ ਜੇ ਕਿਸੇ ਨੂੰ ਕੋਈ ਏਦਾਂ ਬੁਰਾ ਲੱਗਾ ਹੋਵੇ, ਸਾਡੇ ਨਾਲ ਪਿਆਰ ਪੈ ਗਿਆ ਉਹਨਾਂ ਦਾ, ਮਜ਼ਾਕ ਦੀ ਨਹੀਂ ਲੱਗੀ ਤੇ ਵੈਸੀ ਆਪਾਂ ਗੱਲਾਂ ਕੀਤੀਆਂ, ਸਾਨੂੰ ਦੇਖ ਕੇ ਤੇ ਸਾਨੂੰ ਲੱਗਾ, ਮੈਨੂੰ ਤਾਂ ਲੱਗਾ ਕਿ ਯਾਰ ਇਦਾਂ ਦੇ ਕੈਰੈਕਟਰ ਅਸੀਂ ਫਿਲਮ ਦੇ ਵਿੱਚ ਕੀਤੇ ਆ ਤੇ ਇਹਨਾਂ ਨੂੰ ਕਿਉਂ ਨਾ ਬੁਲਾਇਆ ਜਾਵੇ, ਕਿਉਂ ਨਾ ਬੁਲਾਇਆ ਜਾਵੇ, ਜੇ ਸੋ ਉਹਨਾਂ ਨੂੰ ਬੁਲਾਇਆ ਤੇ ਫਨ ਮਸਤੀ ਕੀਤੀ ਆ, ਇੰਨਾ ਹੀ ਐਂਟਰਟੇਨਮੈਂਟ ਜਿੰਨਾ ਤੁਸੀਂ ਦੇਖਿਆ ਇਹਨਾਂ ਫਿਲਮ 'ਚ ਵੀ ਦੇਖਣ ਨੂੰ ਮਿਲੂਗਾ। ਆ ਫਿਲਮ ਬਹੁਤ ਕਮਾਲ ਦੀ ਹੈ, ਲੰਬੜਾ ਦਾ ਲਾਣਾ, ਬਿਲਕੁਲ ਬਿਲਕੁਲ ਜੀ, ਬਹੁਤ ਹੀ ਸੋਹਣਾ ਕੈਰੈਕਟਰ ਹੈ ਬਾਈ, ਸੋਹਣੇ ਕੈਰੈਕਟਰ ਨੇ, ਬਹੁਤ ਵੱਡੀ ਸਟਾਰ ਕਾਸਟ ਹੈ, ਬੱਬਲ ਬਾਈ, ਸਾਰਾ ਜੀ, ਯਾਸਰ ਭਾਜੀ, ਹਨਾ ਯਾਸਰ ਭਾਈ ਦੀ ਪਹਿਲੀ ਫਿਲਮ ਹੈ, ਸੋ ਸਾਡੇ ਵੱਲੋਂ ਬਹੁਤ ਬੈਸਟ ਵਿਸ਼ੇਸ ਨੇ ਬਾਈ ਨੂੰ। ਐਂਡ ਮਿਊਜ਼ਿਕ ਬਹੁਤ ਕਮਾਲ ਦਾ, ਬੱਬਲ ਬਾਈ ਦੇ ਗਾਣੇ ਨੇ, ਯਾਸਰ ਬਾਈ ਦੇ ਗਾਣੇ ਨੇ, ਸੁੱਖੀ ਭਾਜੀ, ਅਨੀਤਾ ਮੈਮ, ਮਲਕੀਤ ਰੋਨੀ ਜੀ, ਹਰਬੀ ਭਾਜੀ, ਸੰਗਾ ਭਾਜੀ, ਸਾਰੇ ਨੇ। ਔਰ ਇੱਕ ਜਿਹਨੂੰ ਕਹਿੰਦੇ ਨਾ ਫੁੱਲ ਐਂਟਰਟੇਨਮੈਂਟ ਪੈਕੇਜ, ਉਹ ਹੈ। ਔਰ ਰਿਟਨ ਐਂਡ ਡਾਇਰੈਕਟਡ ਬਾਈ, ਤੁਹਾਨੂੰ ਪਤਾ ਤਾਜ ਜੀ, ਤਾਜ ਭਾਈ ਦਾ ਇੱਕ ਲਿਖਣ ਤੇ ਵੀ ਬਹੁਤ ਕਮਾਲ ਦਾ ਹੱਥ ਹੈ। ਔਰ ਡਾਇਰੈਕਸ਼ਨ ਵਾਈਜ਼ ਔਨ ਸੈੱਟ ਅਸੀਂ ਬਹੁਤ ਮਸਤੀ ਕੀਤੀ, ਬਹੁਤ ਹੀ ਜ਼ਿਆਦਾ, ਮਤਲਬ ਪੂਰਾ ਮੈਗਨ ਮਾਹੌਲ ਬਣਿਆ ਹੋਇਆ, ਮਾਹੌਲ ਬਣਿਆ। ਦੇਖੋ ਕੰਮ ਉੱਥੇ ਹੀ ਹੁੰਦਾ ਜਿੱਥੇ ਮਾਹੌਲ ਮਿਲ ਜਾਵੇ, ਸਵਾਦ ਆਵੇ, ਤੇ ਜਿੱਥੇ ਮਾਹੌਲ ਹੀ ਨਹੀਂ ਮਿਲੇ ਸਿਰਫ ਤੁਹਾਨੂੰ ਕੰਮ ਕਰਨਾ ਪੈਂਦਾ, ਤੇ ਉੱਥੇ ਫਿਰ ਉਹ ਨਾ ਮਿਲੇ ਹੋਏ ਮਾਹੌਲ ਦਾ ਜਿਹੜਾ ਇੰਪ੍ਰੈਸ਼ਨ ਆ, ਉਹ ਤੁਹਾਨੂੰ ਕਿਤੇ ਕਿਤੇ ਤੁਹਾਡੇ ਫਿਰ ਕੰਮ 'ਚ ਵੀ ਦਿਖਣ ਲੱਗ ਜਾਂਦਾ। ਸਹੀ ਗੱਲ ਹੈ ਨਾ। ਸੋ ਇਹ ਹੈ ਕਿ ਇਸ ਫਿਲਮ ਦੇ ਉੱਤੇ ਬਹੁਤ ਮਜ਼ਾ ਆਇਆ, ਬਹੁਤ ਸਾਰਾ ਕੀਤਾ, ਤੇ ਇਹ ਜਿੰਨੀ ਵੀ ਮਿਹਨਤ ਪੂਰੀ ਟੀਮ ਨੇ ਕੀਤੀ ਹੈ ਉਹਦਾ ਰਿਜ਼ਲਟ ਹੈ ਜਿਹੜਾ ਉਹ ਹੁਣ 26 ਨੂੰ ਹੈ, ਤੇ ਉਹ ਰਿਜ਼ਲਟ ਤੁਸੀਂ ਸੁਣਾਉਣਾ ਕਿਉਂਕਿ ਤੁਸੀਂ ਸਾਡੇ ਜੱਜ ਲੋਕ ਹੋ, ਤੇ ਤੁਸੀਂ ਜਦੋਂ ਫਿਲਮ ਜਾ ਕੇ ਦੇਖੋਗੇ, ਐਂਟਰਟੇਨ ਹੋਣ ਜਾਓਗੇ, ਤੇ ਐਂਟਰਟੇਨ ਹੋ ਕੇ ਆਓਗੇ, ਇਹ ਸਾਡਾ ਵਾਅਦਾ ਵਾ। ਬਹੁਤ ਸੋਹਣੀ ਫਿਲਮ ਹੈ, ਭਰਵਾਂ ਹੁੰਗਾਰਾ, ਭਰਵਾਂ ਪਿਆਰ ਦਿਓ, ਇਹੀ ਹਮੇਸ਼ਾ ਤੁਹਾਡੇ ਤੋਂ ਮੰਗਿਆ ਜੀ। ਥੈਂਕ ਯੂ।